ਨਸਰੀ ਨਾ ਆ ਵੇ ਮੈਂ ਗੁਲਾਬ ਜਾਮਾ ਲੈ ਕੇ ਆਇਆ ਕਿਹਦੇ ਵਾਸਤੇ ਲੈ ਕੇ ਆਇਆ ਗੁਲਾਬ ਜਾਮਾ ਮਹਿਮਾਨ ਆਣੇ ਨੇ ਕੀ ਤੋਂ ਮਹਿਮਾਨ ਆਣੇ ਨੇ ਆ ਜੀ ਚਾਚਾ ਸ਼ਾਮਾ ਨੇ ਚਾਚਾ ਸ਼ਾਮਾ ਤੇ ਹਰ ਰੋਜ਼ ਆਂਦਾ ਰਹਿੰਦਾ ਉਹ ਚੱਲ ਆ ਗਈਆਂ ਨੇ ਉਹ ਖਾਣ ਪੀਣ ਦੇ ਵਾਸਤੇ ਆਂਦਾ ਰਹਿੰਦਾ ਉਹ ਨਹੀਂ ਚੱਲ ਤੂੰ ਤੈਨੂੰ ਬਾਰ ਬਾਰ ਕਹਿਣਾ ਤੂੰ ਖਾਈ ਨਾ ਕਿਉਂ ਨਾ ਖਾਵਾਂ ਖਾਈ ਨਾ ਤੈਨੂੰ ਬਾਬਾ ਕਹਿਣਾ ਚਾਚਾ ਸ਼ਾਮੇ ਵਾਸਤੇ ਹਾਂ ਚਲੋ ਠੀਕ ਹੈ ਮੇਰੇ ਘਰ ਆਇਆ ਕਿਹਾ ਸੀ ਗੁਲਾਬ ਜਾਮੁਨ ਨਹੀਂ ਖਾਣੇ ਤਾਂ ਵੀ ਮੈਂ ਚੂਸ ਚੂਸ ਕੇ ਰੱਖ ਛੱਡਦੀ ਅਤੇ ਮੇਰੇ ਘਰ ਆਇਆ ਮੈਨੂੰ ਕਿਹਾ ਸੀ ਕਿ ਚਾਚਾ ਸ਼ਾਮੇ ਨੇ ਚਾਚਾ ਸ਼ਾਮਾ ਤਾਂ ਹਰ ਰੋਜ਼ ਆਉਂਦਾ ਰਹਿੰਦਾ ਅਤੇ ਉਹਦੇ ਭਲਾ ਪਤਾ ਨਹੀਂ ਉਹਨੂੰ ਘਰ ਰੋਟੀ ਨਹੀਂ ਦਿੰਦੇ ਆ ਬੜਾ ਭੁੱਖਾ ਮੈਂ ਚੂਸਣ ਲੱਗੀ ਹਾਂ ਚਾਚਾ ਸ਼ਾਮਾ ਬੜਾ ਭੁੱਖਾ ਆਹ ਇੱਕ ਹੋ ਗਿਆ ਅਤੇ ਦੂਜਾ ਵੀ ਚੂਸ ਗਿਆ ਚਾਚਾ ਸ਼ਾਮੇ ਨੂੰ ਪਤਾ ਨਹੀਂ ਕੋਈ ਰੋਟੀ ਨਹੀਂ ਦਿੰਦਾ ਇੱਡਾ ਭੁੱਖਾ ਚਾਚਾ ਸ਼ਾਮੇ ਹਰ ਰੋਜ਼ ਜਦੋਂ ਰੋਟੀ ਖਾਣੀ ਹੁੰਦੀ ਹੈ ਅਤੇ ਮੈਂ ਮੇਰੇ ਘਰ ਫੋਨ ਕਰਦਾ ਮੈਂ ਤੁਹਾਡੇ ਘਰ ਆਉਣ ਲੱਗਾ ਆਇਓ 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 ਚਾਚਾ ਸ਼ਾਮਾ ਭੁੱਖਾ ਬੜਾ ਚਾਚਾ ਤੈਨੂੰ ਖਾਂਦੀ ਪਈ ਰਹਿੰਦੀ ਕਿੰਨੇ ਕੋਲ ਇੱਕ ਹੀ ਬਸ ਸੁਣਾ ਤੇਰਾ ਕੋਈ ਪਤਾ ਨੀ ਚਾਚਾ ਤੂੰ ਉਹ ਇੱਕ ਹੀ ਆ ਤਸਰੀਨ ਕਿੱਥੇ ਰਹਿ ਗਈ ਆ ਆ ਗਈ ਆ ਗਈ ਆ ਰਸ ਕਿਉਂ ਨੀ ਮੈਂ ਤਾਂ ਸਪੈਸ਼ਲ ਵਾਕ ਲਿਆਂਦੇ ਰਸ ਕੋਈ ਬਚਿਆ ਨਹੀਂ ਰਸ ਆਈਦਾ ਤਸਰੀਨ ਇਹਨਾਂ ਰਸ ਹੀ ਕੋਈ ਨੀ ਕੀ ਕੀਤਾ ਇਹਨਾਂ ਨੂੰ ਮੈਂ ਤੇ ਕੁਛ ਵੀ ਨੀ ਕੀਤਾ ਤੁਸੀਂ ਆਪ ਹੀ ਕਿਹਾ ਸੀ ਕਿ ਖਾਣੇ ਨਹੀਂ ਹੈ ਮੈਂ ਤੇ ਚੂਸ ਚੂਸ ਕੇ ਸਾਰੇ ਰੱਖਦੇ ਮੈਂ ਖਾਧੇ ਕਿਤੋਂ ਨੇ ਮੈਂ ਤੇ ਚੂਸ ਕੇ ਰੱਖ ਛੱਡੇ ਕਿਉਂ ਚੂਸਿਆ ਤੂੰ ਮਹਿਮਾਨਾਂ ਉਹ ਹੀ ਨੀ ਆਇਆ ਅੱਲਾ ਰਹਿਮਤ ਹੁੰਦਾ ਤੂੰ ਫਿਰ ਖਾ ਗਈ ਸਾਰੇ ਚੂਸ ਗਈ ਹੈ ਚੰਗੀ ਨਸਰੀਨ ਚੰਗੀ ਹੈ ਪੁੱਤਰ ਸਹੀ ਹੈ ਕੁਛ ਨੀ ਹੁੰਦਾ ਕਰ ਲੈ ਜ਼ਿੰਦਗੀ ਪੂਰੀ ਆਪਣੀ ਨਾ ਬਸ ਗੱਲ ਮੁੱਕੀ ਬਸ ਚਾਚਾ ਤੂੰ ਛੱਡ ਪਰ ਕੁਛ ਨੀ ਹੁੰਦਾ ਪੁੱਤਰ ਹੁੰਦਾ ਰਹਿੰਦਾ ਕੁਛ ਨੀ ਹੁੰਦਾ ਆਰਾਮ ਬਹਿ ਗਿਆ ਠੀਕ ਹੈ ਮੁੰਡੇ ਬਾਬਾ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਜੀ ਹਾਂਜੀ ਕਰਦੇ ਆ ਜੀ ਅੱਜ ਸਾਡੀ ਵੀਡੀਓ ਨੂੰ ਅੱਲਾਹ ਹਾਫਿਜ਼ ਸਾਰਿਆਂ ਨੂੰ ਮੈਂ ਚਾਚਾ ਅਸਰੀਨ ਆ ਆ ਮੈਂ ਕੀ ਲੈ ਕੇ ਆਇਆ ਆ ਕਿਹਦੇ ਵਾਸਤੇ ਲੈ ਕੇ ਆਇਆ ਰਸਗੁੱਲੇ ਲੈ ਕੇ ਆਇਆ ਕਿਹਦੇ ਵਾਸਤੇ ਘਰ ਵਾਲਿਆਂ ਨੇ ਕਿਹਾ ਓਏ ਯਾਰ ਮੇਰੇ ਘਰ ਆਏ ਕਿਹਾ ਰਸਗੁੱਲੇ ਨਹੀਂ ਖਾਣੇ ਗੁਲਾਬ ਜਾਮਨ ਨਹੀਂ ਖਾਣੇ ਮੇਰੇ ਘਰ ਆਏ ਕਿਹਾ ਸੀ ਕਿ ਚਾਚੇ ਸ਼ਾਮੇ ਨਹੀਂ ਲੈਣਾ ਉਹਨੂੰ ਰਸਗੁੱਲੇ ਗੁਲਾਬ ਜਾਮਨ ਮੈਂ ਕਿੰਨੀ ਵਾਰ ਕਹਿ ਤੂੰ ਚੂਸਨੇ ਕੋਈ ਖਾਣੇ ਨਹੀਂ ਆਉਣਾ ਤੂੰ ਚੂਸ ਦੇਣਾ